टैंकियां ते चढ़न दा मुकाबला कराया जावे फिर साडे कोल बहुत हैगे आ। बिल्कुल बिल्कुल। सुखजीत सिंह पटियाले दा मुंडा हैगा जी, बेरोजगार है बेचारा जी, ओह 91 दिन टैंकी ते बैठा रहा सी। ओह कहिंदा ਕਹਿੰਦਾ ਕਿ ਦਫਾ ਕਰੋ, ਜਿਹੜਾ ਮਰਜ਼ੀ ਪਰਬਤ ਦੱਸ ਦਿਓ, ਨੌਕਰੀ ਦੇ ਦਿਓ, ਨੌਕਰੀ ਵਾਲਾ ਰੱਖਿਓ ਉੱਥੇ ਸਰਟੀਫਿਕੇਟ, ਮਤਲਬ ਕਿ ਜਿਹੜੀ ਜੁਆਇਨਿੰਗ ਲੈਟਰ ਆ ਉਹ ਰੱਖਿਓ, ਮੈਂ ਲਾ ਲਿਆਉਂਗਾ ਜੀ। ਕਿਉਂਕਿ 91 ਦਿਨ ਜਿਹੜਾ ਭੁੱਖਾ ਭਾਣਾ ਉੱਤੇ ਬੈਠਾ ਰਿਹਾ ਕੀ ਕੁਛ ਕਰ ਵੀ ਜਾਊਗਾ। ਬਿਲਕੁਲ। ਇਹਨਾਂ ਨੇ ਤੇ ਦੇਖੋ ਚਾਚਾ ਭਤੀਜਾ ਲੁਧਿਆਣੇ ਦੇ ਜੀ, ਉਹਨਾਂ ਨੂੰ ਦੋਨਾਂ ਨੂੰ ਅੱਛਾ ਬੋਰਡਾਂ ਦੇ ਵਿੱਚ ਡਾਇਰੈਕਟਰ ਲਾਇਆ ਜੀ। ਕੀ ਕਰੋਗੇ ਤੁਸੀਂ? ਤੇ ਇੱਥੇ ਫਾਜ਼ਿਲਕਾ ਦੇ ਚਾਚਾ ਭਤੀਜਾ, ਚਾਚਾ ਪਹਿਲਾਂ ਸੰਘਰਸ਼ੀਲ ਦੇ ਰਿਹਾ ਨੌਕਰੀ ਵਾਸਤੇ, ਸੰਘਰਸ਼ੀਲ ਰਹਿ ਕੇ ਨੌਕਰੀ ਨਹੀਂ ਹਾਸਲ ਕਰ ਸਕਿਆ, ਹੁਣ ਭਤੀਜਾ ਸੜਕਾਂ ਤੇ ਡਾਂਗਾ ਖਾਂਦਾ ਫਿਰਦਾ ਜੀ। ਸਾਡੇ ਨਾਲ ਤੇ ਇਹ ਹੋਣੀ ਵਾਪਰਦੀ ਪਈ ਆ। ਖੈਰ ਦੇਖੋ, ਤਰਸ ਦੇ ਆਧਾਰ ਤੇ ਨੌਕਰੀ ਜੇ ਦਿੰਦੇ ਆ ਤੇ ਫਿਰ ਮੈਂ ਕਹੂੰਗਾ ਕਿ ਜਿਹੜੇ ਸਾਡੇ ਹੋਰ ਵੀ ਐਕਟੀਵਿਸਟ ਨੇ ਨਾ ਜੀ ਜੀ, ਜਿਸ ਤਰ੍ਹਾਂ ਕਿਤਨਾ ਸਾਹਿਬ ਆ ਜਾਂ ਕੁਝ ਹੋਰ ਆਰਟੀਆਈ ਐਕਟੀਵਿਸਟ ਨੇ, ਹਾਂਜੀ, ਇਹਨਾਂ ਸਾਰਿਆਂ ਨੂੰ ਵੀ ਫਿਰ ਜੌਬ ਬਣਦੀ ਹੈ ਜੀ। ਕਿਉਂਕਿ ਇਹ ਤੇ ਬਹੁਤ ਵੱਡੇ ਵੱਡੇ ਘੁਟਾਲੇ, ਉਹ ਤੋਂ ਵੀ ਵੱਡੇ ਵੱਡੇ ਘੁਟਾਲੇ ਕੱਢ ਚੁੱਕੇ ਆ, ਬੜੇ ਜ਼ਬਰਦਸਤ ਘੁਟਾਲੇ ਕੱਢੇ ਆਰਟੀਆਈ ਐਕਟੀਵਿਸਟ। ਬਿਲਕੁਲ ਬਿਲਕੁਲ। ਜੇ ਇਹੀ ਆਧਾਰ ਬਣਦਾ ਤਰਸ ਦਾ ਆਧਾਰ ਤੇ, ਦੇਖੋ ਤਰਸ ਦਾ ਆਧਾਰ 91 ਦਿਨ ਜਿਹੜਾ ਬੰਦਾ ਟੈਂਕੀ ਤੇ ਰਹਿ ਕੇ ਆਇਆ, ਕੀ ਉਹ ਤਰਸ ਦੇ ਆਧਾਰ ਤੇ ਨੌਕਰੀ ਨਹੀਂ ਹਾਸਲ ਕਰ ਸਕਦਾ? ਕੀ ਜਿਹੜੇ ਟੈਟ ਪਾਸ ਕਰਕੇ ਝੋਨਾ ਲਾਉਂਦੇ ਫਿਰਦੇ ਆ, 40-40, 45-45 ਦਰਜਾ ਹਰਾਰਤ ਦੇ ਵਿੱਚ ਤਪਦੇ ਪਾਣੀ ਚ, ਕੀ ਉਹਦੇ ਤੇ ਤਰਸ ਨਹੀਂ ਕਰੋਗੇ ਤੁਸੀਂ? ਜੀ ਬਿਲਕੁਲ। ਮੈਂ ਕਹਿੰਦਾ ਕਿ ਸਮਾਰਟ ਫੋਨ ਦੀ ਥਾਂ ਤੇ ਨਾਲ ਇੱਕ ਨਾ ਤੁਸੀਂ ਹੋਰ ਸਮਾਰਟਨੈਸ ਵਰਤੋ, ਤਾਸ਼ ਭੇਜ ਦਿਓ ਜੀ, ਅਟਰੈਕਟਰ ਮਾਰਕਾ ਜਿਹੜੀ ਹੁੰਦੀ ਹੈ ਨਾ, ਇੱਕ ਇੱਕ ਤਾਸ਼ ਘੱਲ ਦਿਓ ਘਰਾਂ ਦੇ ਵਿੱਚ ਕਿ ਤਾਸ਼ ਖੇਡੀ ਚੱਲੋ, ਘੱਟੋ ਘੱਟ ਭੁੱਖ ਦਾ ਅਹਿਸਾਸ ਤੇ ਨਾ ਹੋਵੇ, ਨੌਕਰੀ ਕੀ ਦੇਣੀ ਹੈ। ਸੋ ਇਸ ਤਰੀਕੇ ਨਾਲ ਨੌਕਰੀ ਆ ਜਿਹੜੀ ਉਹ ਦੇਣ ਦੇ ਯਤਨ ਕੀਤੇ ਜਾ ਰਹੇ ਆ, ਲੈਣ ਦੇ ਯਤਨ ਕੀਤੇ ਜਾ ਰਹੇ ਆ। ਜਾਗਦੇ ਰਹੋ, ਸੁਚੇਤ ਰਹੋ। ਉਹ ਇੱਕ ਨਾ ਕਹਾਣੀ ਆ, ਚਲੋ ਇੱਥੇ ਗੱਲ ਆਪਾਂ ਖਤਮ ਕਰ ਦਿੰਦੇ ਹਾਂ। ਇੱਕ ਕਹਾਣੀ ਆ, ਕਹਾਣੀ ਕੀ ਆ ਕਿ ਕਿਸੇ ਦਰਬਾਰੀ ਨੇ ਆ ਕੇ ਰਾਜੇ ਨੂੰ ਆਖਿਆ, ਕਹਿੰਦਾ ਕਿ ਰਾਜਾ ਜੀ ਆਪਣਾ ਗੁਰੂਆਂ ਦਾ ਜਿਹੜਾ ਬਾਗ ਆ ਨਾ, ਉਹਦੇ 'ਚ ਚਿੜੀ ਆ ਕੇ ਬਹਿ ਗਈ ਆ। ਉਹਨੇ ਆਹ ਚਿੜੀ ਦੀ ਇਹ ਹਮਾਕਤ, ਪਕੜੋ ਚਿੜੀ ਨੂੰ, ਜਾ ਕੇ ਚਿੜੀ ਨੂੰ ਫੜ ਲਿਆ ਉਹਨੇ ਗਰਦਨ ਤੋਂ। ਤੇ ਚਿੜੀ ਕਹਿੰਦੀ ਵੀ ਠੀਕ ਹੈ, ਹੁਣ ਜੋ ਕਰਨਾ ਰਾਜਨ ਤੂੰ ਕਰ ਹੀ ਦੇਣਾ ਹੈ, ਮੈਂ ਦੋ ਤਿੰਨ ਤੈਨੂੰ ਗੱਲਾਂ ਦੱਸਣੀਆਂ ਨੇ ਗਿਆਨ ਦੀਆਂ। ਅੱਛਾ। ਉਹਨੇ ਆਖਿਆ ਦੱਸ ਜੀ, ਦੱਸ ਦੇ ਕੀ ਗੱਲ। ਉਹਨੇ ਆਖਿਆ ਇੱਕ, ਨੰਬਰ ਇੱਕ ਕਿ ਜਿਹੜੀ ਅਸੰਭਵ ਚੀਜ਼ ਆ ਉਹਦੇ ਤੇ ਕਦੇ ਯਕੀਨ ਨਾ ਕਰੀ ਜੀ, ਜਿਹੜੀਆਂ ਮਿੱਠੀਆਂ ਗੱਲਾਂ ਮਾਰਦੇ ਆ ਉਹਨਾਂ ਤੇ ਕਿਤੇ ਪਛਤਾਪ ਨਾ ਕਰੀ ਜੀ। ਤੇ ਉਹਨੇ ਆਖਿਆ ਤੀਜੀ ਗਿਆਨ ਦੀ ਗੱਲ। ਉਹਨੇ ਆਖਿਆ ਭੇਤ ਭਰੀ ਗੱਲ ਆ ਜੀ, ਇਹ ਜਿਹੜੀ ਗੱਲ ਆ ਉਹ ਥੋੜੀ ਜਿਹੀ ਗਰਦਨ ਢਿੱਲੀ ਕਰੇਗਾ ਤੇ ਫੇਰ ਹੀ ਦੱਸ ਸਕਦੀ ਆ ਜੀ। ਉਹਨੇ ਗਰਦਨ ਢਿੱਲੀ ਕੀਤੀ ਜੀ ਤੇ ਚਿੜੀ ਫੁਰ ਹੋ ਗਈ, ਜਾ ਕੇ ਉੱਤੇ ਬਹਿ ਗਈ ਜੀ। ਤੇ ਉਹਨੇ ਆਖਿਆ ਤੂੰ ਮੇਰੇ ਨਾਲ ਗਲਤ ਕੀਤਾ ਜੀ। ਉਹਨੇ ਆਖਿਆ ਇਹੀ ਗਿਆਨ ਦੀ ਗੱਲ ਆ ਕਿ ਇਕੱਲੀ ਗੱਲ ਸੁਣ ਲੈਣ ਨਾਲ ਗੱਲ ਨਹੀਂ ਬਣਦੀ ਜੀ, ਉਹਦੇ ਤੇ ਅਮਲ ਕਰਨਾ ਵੀ ਜ਼ਰੂਰੀ ਹੈ। ਬਿਲਕੁਲ, ਅਮਲ ਕਰਨਾ ਵੀ ਜ਼ਰੂਰੀ ਹੈ ਕਿ ਮੈਂ ਜਿਹੜੀ ਦੂਜੀ ਗੱਲ ਕਹੀ ਸੀ ਕਿ ਮਿੱਠੀਆਂ ਗੱਲਾਂ ਤੇ ਪਛਤਾਪ ਨਹੀਂ ਕਰੀਦਾ, ਅਸੰਭਵ ਚੀਜ਼ ਤੇ ਯਕੀਨ ਨਹੀਂ ਕਰੀਦਾ ਜੀ। ਸੋ ਸਾਡੀਆਂ ਗੱਲਾਂ ਦਾ ਵੀ ਤਾਂ ਹੀ ਫਾਇਦਾ ਹੈ ਜੇ ਤੁਸੀਂ ਉਹਦੇ ਤੇ ਅਮਲ ਕਰੋ ਜੀ। ਅਸੀਂ ਸੁਣ ਛੱਡਦੇ ਹਾਂ, ਸੁਣਾ ਛੱਡਦੇ ਹਾਂ, ਪੜ੍ਹ ਛੱਡਦੇ ਹਾਂ, ਪੜ੍ਹਾ ਛੱਡਦੇ ਹਾਂ, ਸੋਸ਼ਲ ਮੀਡੀਆ ਤੇ ਇੱਕ ਦੂਜੇ ਤੇ ਪੜਾਸ ਕੱਢ ਛੱਡ ਸਕਦੇ ਹਾਂ। ਇਹਨਾਂ ਚੀਜ਼ਾਂ ਤੇ ਆ ਅਸਰ ਤਦ ਹੀ ਆ ਜੇ ਅਸੀਂ ਅਮਲ ਚ ਲੈ ਕੇ ਆਉਂਦੇ ਹਾਂ, ਅਸੀਂ ਲੀਡਰਸ਼ਿਪ ਨੂੰ ਸਵਾਲਾਤ ਕਰੀਏ, ਅਸੀਂ ਲੀਡਰਸ਼ਿਪ ਨੂੰ ਇੱਕ ਐਸੇ ਨਜ਼ਰੀਏ ਨਾਲ ਵੇਖੀਏ ਕਿ ਉਹ ਸਾਡੇ ਸੇਵਾਦਾਰ ਆ, ਨਾ ਕਿ ਉਹ ਸਾਡੇ ਸੂਬੇਦਾਰ ਆ ਜੀ। ਮਿੰਟੂ ਜੀ, ਜਿਵੇਂ ਤੁਹਾਡੇ ਬਹੁਤ ਸੀਗੇ ਪਰ ਤੁਸੀਂ ਸਾਡੇ ਲਈ ਸਮਾਂ ਕੱਢਿਆ, ਇੰਨੀਆਂ ਗੱਲਾਂ ਬਾਤਾਂ ਕੀਤੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਜੀ। ਸੋ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ